ਗੋਲੀਆਂ ਨਾਲ ਮੂੰਹ ਲੁਕੋ ਕੇ ਖੜੀਆਂ ਚਾਰ ਔਰਤਾਂ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। ਜੇਕਰ ਤੁਸੀਂ ਇਹਨਾਂ ਦਾ ਕਾਰਾ ਸੁਣ ਲਿਆ ਤਾਂ ਸੁਣ ਕੇ ਹੈਰਾਨ ਹੋ ਜਾਵੋਗੇ। ਇਹ ਚਾਰੇ ਜਨਾਨੀਆਂ ਖੇਤਾਂ ਦੇ ਵਿੱਚ ਅਜਿਹੇ ਪੁੱਠੇ ਕੰਮ ਕਰਦੀਆਂ ਸੀ ਜਿਨ੍ਹਾਂ ਨੂੰ ਰੰਗੇ ਹੱਥੀ ਪੁਲਿਸ ਨੇ ਕਾਬੂ ਕਰ ਲਿਆ। SHO ਨੇ ਦੱਸਿਆ ਕਿ ਅਸੀਂ ਚੋਰੀ ਦੇ ਮਾਮਲੇ ਦੇ ਵਿੱਚ ਚਾਰ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਔਰਤਾਂ ਖੇਤਾਂ ਦੇ ਵਿੱਚ ਲੱਗੇ ਜਨਰੇਟਰ ਨੂੰ ਚੋਰੀ ਕਰਕੇ ਆਟੋ ਦੇ ਵਿੱਚ ਲੋਡ ਕਰਕੇ ਰੱਖਿਆ ਹੋਇਆ ਸੀ ਅਤੇ ਫਰਾਰ ਹੋਣ ਦੀ ਤਾਕ ਦੇ ਵਿੱਚ ਸੀ, ਜਿਸ ਨੂੰ ਕੋਟ ਸ਼ਮੀਰ ਚੌਂਕੀ ਇੰਚਾਰਜ ਨੇ ਗ੍ਰਿਫਤਾਰ ਕਰ ਲਿਆ ਅਤੇ ਚਾਰੋਂ ਔਰਤਾਂ ਬਠਿੰਡਾ ਸ਼ਹਿਰ ਦੀਆਂ ਰਹਿਣ ਵਾਲੀਆਂ ਨੇ। ਮੈਂ ਇੰਸਪੈਕਟਰ ਮੇਜਰ ਸਿੰਘ SHO ਥਾਣਾ ਸਦਰ ਬਠਿੰਡਾ। ਕੱਲ੍ਹ ਮਿਤੀ 12/9/2024 ਨੂੰ ਸਾਡੇ ਜਿਹੜਾ SI ਅੰਮ੍ਰਿਤਪਾਲ ਸਿੰਘ ਆ ਚੌਕੀ ਕੋਟ ਸ਼ਮੀਰ ਚਾਰਜ ਲੱਗੇ ਆ, ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਵੀ ਕੋਈ ਨਾ ਲੇਡੀਜ਼ ਆ 4-5 ਉਹ ਕਿਸੇ ਖੇਤਾਂ ਦੇ ਵਿੱਚੋਂ ਕੋਈ ਜਿਹੜਾ ਜਨਰੇਟਰ ਆ ਬਿਜਲੀ ਦਾ ਉਹ ਚੋਰੀ ਕਰਕੇ ਅਤੇ ਉਹਨਾਂ ਖਿੱਚ ਕੇ ਲਿਆ ਰਹੀਆਂ ਆਪਣਾ ਸੜਕ ਵੱਲ ਨੂੰ, ਜਿਹੜੀਆਂ ਇੱਥੋਂ ਇਹ ਗਾਂ ਕਿਤੇ ਅੱਗੇ ਚੋਰੀ ਕਰਕੇ ਲੈ ਜਾਣਗੀਆਂ। ਜਿਸ 'ਤੇ ਉਹਨੇ ਫੌਰੀ ਉਸੇ ਟਾਈਮ ਹੀ ਆਦੀ ਪੁਲਿਸ ਪਾਰਟੀ ਨਾਲ ਲੈ ਕੇ ਜਿਹੜਾ ਸਰਸਾਤ ਸਿਟੀ ਆ ਵੰਨ ਉੱਥੇ ਪੁੱਜਾ ਤਾਂ ਉੱਥੇ ਮਤਲਬ ਨੇ ਵੇਖਿਆ ਵੀ ਉਹ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਲੱਦਣ ਦੀ, ਪਰ ਜਦੋਂ ਪੁਲਿਸ ਪਾਰਟੀ ਨੂੰ ਵੇਖ ਕੇ ਉਹਨੇ ਭਜਾ ਲਿਆ ਜਿਹੜਾ ਕੋਈ ਇਹਨਾਂ ਨੇ ਰੋਕਿਆ ਸੀਗਾ ਆਟੋ ਰਿਕਸ਼ਾ, ਉਹ ਤਾਂ ਇਹਨਾਂ ਨੇ ਰੋਕਿਆ ਸੀ ਲੱਦਣ ਵਾਸਤੇ, ਪਰ ਉਹਨੂੰ ਵੇਖ ਲਿਆ ਵੀ ਪੁਲਿਸ ਆ ਗਈ, ਉਹ ਭਜਾ ਕੇ ਲੈ ਗਿਆ। ਜਿਹੜੀਆਂ ਉਹਦੇ 'ਚ ਚਾਰ ਲੇਡੀਜ਼ ਆ ਇਹਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੇ ਨਾਂ ਹੈਗੇ ਆ ਜੋਤੀ, ਸੀਤੋ, ਪੂਜਾ, ਰਜਨੀ। ਇਹ ਜਿਹੜੇ ਆ ਅੰਮ੍ਰਿਤਪੁਰਾ ਬਸਤੀ ਦੇ ਕੋਲ ਫਾਟਕ ਹੈ ਇੱਥੇ ਝੁੱਗੀਆਂ, ਇੱਥੋਂ ਦੀਆਂ ਸਾਰੀਆਂ ਰਹਿਣ ਵਾਲੀਆਂ, ਅਤੇ ਉਹਨਾਂ ਕੋਲੋਂ ਜਿਹੜਾ ਇੱਕ 20 ਕਿਲੋਵਾਟ ਦਾ ਜਿਹੜਾ ਹੁੰਦਾ ਉਹ ਜਨਰੇਟਰ ਉਹ ਬਰਾਮਦ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 129 ਮਿਤੀ 12/9/2024 ਅਧੀਨ ਧਾਰਾ 303 ਦੀ ਸੈਕਸ਼ਨ 2 ਅਤੇ 317 ਦੀ ਸੈਕਸ਼ਨ 2 BNS ਤਹਿਤ ਮੁਕੱਦਮਾ ਦਰਜ ਕਰਕੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਵੀ ਇਹਨਾਂ ਦੇ ਮਾਮਲੇ ਦਰਜ ਇਹ ਅਸੀਂ ਅਜੇ ਤੱਕ ਇਹਦਾ ਪੜਤਾਲ ਕਰ ਰਹੇ ਹਾਂ, ਪਰ ਪਹਿਲਾਂ ਇੱਕ ਦੋ ਆਪਣੇ 6 ਮਹੀਨੇ ਵੀ ਮੁਕੱਦਮਾ ਦਰਜ ਹੋਇਆ ਸੀ, ਉਹ ਵੀ ਲੇਡੀ ਸੀਗੀਆਂ 9-10 ਸੀਗੀਆਂ, ਉਹ ਵੀ ਉਹਨਾਂ ਨੇ ਵੀ ਜਿਹੜਾ ਆਪਣੇ ਗੁਰਦੁਆਰਾ ਜੰਡਾਲੀ ਸਰ ਸਾਹਿਬ ਉੱਥੇ ਕੋਟ ਸ਼ਮੀਰ ਦੇ ਨਾਲ ਉੱਥੋਂ ਕੁਛ ਬੈਟਰੀ ਬੂਟੇ ਚੋਰੀ ਕੀਤੇ ਸੀ, ਉਹਨਾਂ ਦੀ ਵੀ ਉਸ ਟਾਈਮ 'ਤੇ ਅਰੈਸਟ ਪੈ ਗਈ ਸੀ, ਪਰ ਇਹਨਾਂ 'ਚੋਂ ਨਹੀਂ ਸੀ, ਉਹ ਵੱਖਰੀਆਂ ਸੀਗੀਆਂ ਇਹਨਾਂ 'ਤੇ। ਜਿਸ ਤਰ੍ਹਾਂ ਆਟੋ ਦੀ ਗੱਲ ਕੀਤੀ ਸਰ, ਹੋਰ ਵੀ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਇਹਦੇ ਵਿੱਚ? ਹਾਂ, ਪੜਤਾਲ ਕਰ ਰਹੇ ਹਾਂ ਜੀ, ਜਿਹਦੀ ਵੀ ਸ਼ਮੂਲੀਅਤ ਪਾਈ ਗਈ ਕੋਈ ਕਿਸੇ ਨੂੰ ਇਹਦੇ ਵਿੱਚ ਬਖਸ਼ਿਆ ਨਹੀਂ ਜਾਊਗਾ, ਬਿਲਕੁਲ ਪੁਲਿਸ ਇਸ ਕੰਮ ਲਈ ਕਿਸੇ ਨੂੰ ਵੀ ਮਾਫ਼ ਕਰਨ ਦੇ ਸੀ ਜਰਮੂਲ, ਬਿਲਕੁਲ ਕਾਰਵਾਈ ਹੋਊਗੀ ਇਹਨਾਂ ਦੇ ਖਿਲਾਫ਼। ਜਨਰੇਟਰ ਬਰਾਮਦ ਕਰ ਲਿਆ ਗਿਆ? ਹਾਂ, ਜਨਰੇਟਰ ਵੀ ਬਰਾਮਦ ਕਰ ਲਿਆ ਜੀ, ਹੋਰ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਜੇ ਕੋਈ ਹੋਰ ਵੀ ਕੋਈ ਹੁੰਦੀ ਹੈ ਤਾਂ। ਹਾਂਜੀ ਹਾਂਜੀ ਹਾਂਜੀ, ਰਿਮਾਂਡ ਮੰਗਿਆ ਗਿਆ ਇਹਨਾਂ ਦੇ, 3 ਦਿਨ ਦਾ ਰਿਮਾਂਡ ਮੰਗਿਆ ਗਿਆ ਇਹਨਾਂ ਦਾ, ਅਤੇ ਮਿਲਦਾ ਤਾਂ ਅਸੀਂ। ਦੇਖਿਆ ਜਾਵੇ ਤਾਂ ਜਿੱਥੇ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਪਰ ਹੁਣ ਤਾਂ ਔਰਤਾਂ ਵੀ ਚੋਰੀ ਦੇ ਮਾਮਲੇ ਦੇ ਵਿੱਚ ਕਿਸੇ ਨਾਲੋਂ ਘੱਟ ਨਹੀਂ। ਹਕੀਕਤ TV ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।